ਜਦੋਂ ਅਸੀਂ ਚੋਣ ਪ੍ਰਚਾਰ ਕਰ ਰਹੇ ਸੀ 2022 'ਚ, ਜਗ੍ਹਾ ਜਗ੍ਹਾ ਜਾ ਕੇ ਚੋਣ ਰੈਲੀਆਂ ਕਰ ਰਹੇ ਸੀ, ਰੋਡ ਸ਼ੋਅ ਕਰ ਰਹੇ ਸੀ, ਤਾਂ ਅਸੀਂ ਪੰਜਾਬੀਆਂ ਨਾਲ ਇੱਕ ਵਾਅਦਾ ਕਰ ਰਹੇ ਸੀ ਅਤੇ ਗਰੰਟੀਆਂ ਵੀ ਦੇ ਰਹੇ ਸੀ ਕਿ ਪੰਜਾਬ ਨੂੰ ਡਰੱਗ ਫਰੀ ਜ਼ੋਨ ਬਣਾਵਾਂਗੇ, ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਕਰਾਂਗੇ। ਅਤੇ ਨਾਲ ਨਾਲ ਇਹ ਵੀ ਕਹਿ ਰਹੇ ਸੀ ਕਿ ਪੰਜਾਬ ਨੂੰ ਗੈਂਗਸਟਰ ਕਲਚਰ ਤੋਂ ਮੁਕਤੀ ਦਵਾਵਾਂਗੇ। ਹਰ ਰੋਜ਼ ਜਿਹੜੀਆਂ ਧਮਕੀਆਂ ਆਉਂਦੀਆਂ, ਫਰੌਤੀਆਂ ਦੇ ਫੋਨ ਆਉਂਦੇ ਆ, ਇਹ ਜਿਹੜੇ ਪਿਛਲੀਆਂ ਸਰਕਾਰਾਂ ਦੁਆਰਾ ਪਾਲੇ ਹੋਏ ਗੈਂਗਸਟਰ ਜਿਹੜੇ ਕਿ ਕਈ ਜੇਲ੍ਹਾਂ 'ਚ ਬਹਿ ਕੇ ਵੀ ਆਪਣਾ ਕੰਮ ਚਲਾ ਰਹੇ ਸੀ, ਕਈ ਉਹਨਾਂ ਦੇ ਗੁਰਗੇ ਬਾਹਰ ਵੀ ਨੇ, ਕਈ ਬਾਹਰਲੇ ਮੁਲਕਾਂ 'ਚ ਨੇ, ਤਾਂ ਅਸੀਂ ਉਹਨਾਂ ਵਿਰੁੱਧ ਇੱਕ ਸਖਤ ਮੁਹਿੰਮ ਵਿੱਢੀ ਹੈ। ਉਹ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਐਸਟੀਐਫ ਪਹਿਲਾਂ ਹੀ ਮੌਜੂਦ ਸੀ, ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਹੈ, ਬੜੀ ਦਲੇਰ ਪੁਲਿਸ ਹੈ। ਤਾਂ ਇਸੇ ਲੜੀ ਦੌਰਾਨ ਸਿੱਧੂ ਮੂਸੇਵਾਲਾ ਜਿਹੜਾ ਬੜਾ ਦੁਖਦਾਈ ਕਤਲ ਹੋਇਆ ਜਿਸ ਮੇਰੇ ਛੋਟੇ ਭਾਈ ਦਾ, ਉਹਨੂੰ ਸਭ ਤੋਂ ਪਹਿਲਾਂ ਗੋਲੀਆਂ ਮਾਰਨ ਵਾਲੇ ਜਿਹੜੇ ਸ਼ਾਰਪ ਸ਼ੂਟਰ ਸੀ ਉਹਨਾਂ ਨੂੰ ਟਰੇਸ ਕੀਤਾ, ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ। ਟਾਈਮ ਥੋੜ੍ਹਾ ਜਿਹਾ ਲੱਗ ਗਿਆ, ਪਰ ਬੜੀ ਬਹਾਦਰੀ ਦੇ ਨਾਲ ਜਿਹੜੀ ਸਾਡੀ ਫੋਰਸ ਨੇ ਉਹ ਦੋਨੋਂ ਸ਼ੂਟਰ ਜਿਹੜੇ ਸੀਗੇ ਉਹ ਇੱਕ ਘਰ ਦੇ ਵਿੱਚ ਲੁਕ ਗਏ। ਉਹਨਾਂ ਨੂੰ ਵਾਰਨਿੰਗ ਦਿੱਤੀ ਕਿ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਉਲਟਾ ਪੁਲਿਸ ਦੀ ਫਾਇਰਿੰਗ ਕਰਤੀ। ਤਾਂ ਕਾਫੀ 3-4 ਘੰਟੇ ਮੁਕਾਬਲਾ ਚੱਲਿਆ, ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ, ਅਤੇ ਉਹਦੇ ਵਿੱਚ ਦੋਨੋਂ ਸ਼ੂਟਰ ਜਿਹੜੇ ਨੇ ਉਹ ਮਾਰੇ ਗਏ ਨੇ। ਮੈਂ ਪੰਜਾਬੀਆਂ ਨੂੰ ਇਹ ਗਰੰਟੀ ਦਵਾਉਣਾ ਕਿ ਮੈਨੂੰ ਤੁਸੀਂ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਮੇਰੇ 'ਤੇ ਯਕੀਨ ਕੀਤਾ, ਇਹੀ ਯਕੀਨ ਮੇਰੇ 'ਤੇ ਕਾਇਮ ਰੱਖਿਓ। ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ। ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ। ਪੰਜਾਬ ਦੇ 3.25 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਅਤੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ, ਇਹ ਮੇਰੀ ਜ਼ਿੰਮੇਵਾਰੀ ਹੈ। ਸੋ ਯਕੀਨ ਰੱਖਿਓ, ਸਮਰਥਨ ਦਿੰਦੇ ਰਹੋ। ਕਈ ਵਾਰੀ ਕੁਛ ਚੀਜ਼ਾਂ ਨੂੰ ਟਾਈਮ ਲੱਗ ਜਾਂਦਾ, ਪਰ ਅਸੀਂ ਕੋਈ ਕੱਚੇ ਪੈਰੀ ਕੰਮ ਨਹੀਂ ਕਰਦੇ। ਸੋ ਮੈਂ ਉਸ ਟੀਮ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਬਹਾਦਰੀ ਨਾਲ ਆਪਣੀਆਂ ਜਾਨਾਂ ਜੋਖਮ 'ਚ ਪਾ ਕੇ ਪਤਾ ਨਹੀਂ ਹੋਰ ਕਿੰਨੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਬੁਝਣੋਂ ਬਚਾਏ ਨੇ। ਭਵਿੱਖ ਦੇ ਵਿੱਚ ਵੀ ਅਸੀਂ ਅਵੇਸਲੇ ਨਹੀਂ ਹੋਣਾ, ਕਿਉਂਕਿ ਹਾਕੀ ਦੇ ਵਿੱਚ ਅਤੇ ਫੁੱਟਬਾਲ ਦੇ ਵਿੱਚ ਕਹਾਵਤ ਹੈ ਕਿ ਅਟੈਕ ਇਜ਼ ਏ ਬੈਸਟ ਡਿਫੈਂਸ। ਅਸੀਂ ਅਵੇਸਲੇ ਨਹੀਂ ਹੋਣਾ, ਨਹੀਂ ਤਾਂ ਜਿਹੜਾ ਸ਼ਰਾਰਤੀ ਅਨਸਰ ਨੇ ਉਹ ਫਿਰ ਸਿਰ ਚੁੱਕ ਲੈਂਦੇ ਨੇ। ਅਸੀਂ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ। ਬਤੌਰ ਮੁੱਖ ਮੰਤਰੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਪੰਜਾਬ ਦੇ ਬੱਚੇ ਬੱਚੇ ਦੀ ਸੇਫਟੀ, ਪੰਜਾਬ ਦੀ ਧਰਤੀ ਦੀ ਹਰਿਆਲੀ ਅਤੇ ਖੁਸ਼ਹਾਲੀ ਮੇਰੇ ਜ਼ਿੰਮੇ ਹੈ, ਤਾਂ ਇਹ ਪੂਰੀ ਕਰਾਂਗੇ ਔਰ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ, ਹੱਸਦਾ ਖੇਡਦਾ ਅਤੇ ਰੰਗਲਾ ਪੰਜਾਬ ਬਣਾਵਾਂਗੇ। ਇੱਕ ਵਾਰੀ ਫਿਰ ਮੈਂ ਪੁਲਿਸ ਦੇ ਉਹਨਾਂ ਬਹਾਦਰ ਜਵਾਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਹੋਰ ਪਤਾ ਨਹੀਂ ਕਿੰਨੇ ਘਰਾਂ 'ਚ ਇਹਨਾਂ ਨੇ ਸੱਥਰ ਵਿਛਾਉਣੇ ਸੀ, ਕਿੰਨੇ ਘਰਾਂ ਦੇ ਸੱਥਰ ਬਚਾਏ ਨੇ। ਸੋ ਇਸੇ ਤਰ੍ਹਾਂ ਅਸੀਂ ਇੱਕ ਟੀਮ ਦੇ ਤੌਰ 'ਤੇ ਕੰਮ ਕਰਦੇ ਰਹਾਂਗੇ। ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।